ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਬੰਦੇ ਨੇ ਬੇਬੇ ਨਾਲ ਕੀਤਾ ਸ਼ਰਮਨਾਕ ਕਾਰਾ ਲੋਕਾਂ ਨੇ ਕੀਤਾ ਕਾਬੂ ਤਾਜ਼ਾ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਾਂ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਤੇ ਜਿਨ੍ਹਾਂ ਨੇ ਆਨਲਾਈਨ ਸ਼ਾਪਿੰਗ ਕਰਨੀ ਹੈ ਲਿੰਕ ਡਿਸਕ੍ਰਿਪਸ਼ਨ ਚ ਉਹ ਤੇ ਜਾ ਕੇ ਤੁਸੀਂ ਆਨਲਾਈਨ ਸ਼ਾਪਿੰਗ ਕਰ ਸਕਦੇ ਹਾਂ ਔਰਤਾਂ ਦੀਆਂ ਬਾਲੀਆਂ ਤੇ ਇੰਨੀਆਂ ਮੋਬਾਈਲ ਤੇ ਪਰਸ ਆਦਿ ਚ ਆਪਣਾ ਦੇ ਘਟਨਾਵਰ ਰੁਕੰਦਾ ਨਾਮ ਨਹੀਂ ਲੈ ਰਹੀਆਂ ਕਈ ਵੇਲੇੜ ਕਿਸਮ ਦੇ ਵਿਅਕਤੀਆਂ ਜਾਂ ਅਮਲ ਦੀ ਵਰਤੋਂ ਕਰਨ ਵਾਲੇ ਜਿਹੀਆਂ ਘਟਨਾਵਾਂ ਆਮ ਲੋਕਾਂ ਨੂੰ ਅਨਜਾਨ ਦਿੰਦੀਆਂ ਨੇ ਸੰਗਰੂਰ ਦੇ ਗਸਵਾ ਸੁਨਾ ਵਿੱਚ ਇੱਕ ਬਜ਼ੁਰਗੁਰਦੇ ਦੇ ਕੰਨਾਂ ਦੇ ਵਿੱਚ ਉਸ ਦੀਆਂ ਵਾਲੀਆਂ ਖਿੱਚ ਲਈਆਂ ਗਿਆ ਜਿਸ ਦੀ ਘਟਨਾ ਦੀ ਸੁਰਖੀ ਬਣੀ ਹੈ ਸੀਸੀਟੀਵੀ ਦੀ ਫੁਟੇਜ ਦੇਖਣ ਤੋਂ ਬਾਅਦ ਪਤਾ ਲੱਗ ਬਜ਼ੁਰਗੁਰਦ ਗਲੀ ਵਿੱਚ ਤੁਰੇ ਜਾ ਰਹੀ ਸੀ ਉੱਥੇ ਇਕੱਲੀ ਦੇਖ ਕੇ ਮੋਟਰਸਾਈਕਲ ਵਾਲਾ ਨੌਜਵਾਨ ਆਪਣਾ ਮੋਟਰਸਾਈਕਲ ਰੋਕ ਕੇ ਉਸ ਦੇ ਪਿੱਛੇ ਜਾਂਦਾ ਹੈ ਉਹ ਬਜ਼ੁਰਗੁਰਦ ਨੂੰ ਫੜ ਕੇ ਉਸ ਦੇ ਕੰਨ ਦੇ ਵਾਲਾ ਖਿੱਚਦਾ ਤੇ ਦੌੜ ਕੇ ਆਪਣਾ ਮੋਟਰਸਾਈਕਲ ਤੇ ਬੈਠ ਕੇ ਖਿਸਕ ਜਾਂਦਾ ਹੈ ਉਸ ਸਮੇਂ ਗਲੀ ਵਿੱਚ ਕੋਈ ਨਹੀਂ ਹੁੰਦਾ ਇਸ ਬਜ਼ੁਰਗਔਰ ਦੇ ਪੁੱਤਰ ਨੇ ਜਾਣ ਕਰ ਦਿੱਤੀ ਕਿ ਉਹਨਾਂ ਨੂੰ ਬਜ਼ੁਰਗ ਮਾਤਾ ਉਹਨਾਂ ਦੇ ਪੁਰਾਣੇ ਘਰ ਤੋਂ ਨਵੇਂ ਘਰ ਆ ਰਹੇ ਸੀ ਇਸ ਰਸਤੇ ਵਿੱਚ ਇੱਕ ਹੱਟਾ-ਕੱਟਾ ਮੋਟਰਸਾਈਕਲ ਵਾਲਾ ਨੌਜਵਾਨ ਸੀ ਜਿਸ ਦਾ ਲਗਭਗ ਕੱਦ 6 ਫੁੱਟ ਹੋਵੇਗਾ ਆਪਣਾ ਮੋਟਰਸਾਈਕਲ ਸਟਾਰਟ ਹੀ ਖੜਾ ਸੀ ਤੇ ਮਾਤਾ ਦੇ ਪਿੱਛੇ ਆਉਂਦਾ ਸੀ ਉਹ ਮਾਤਾ ਨੂੰ ਤੱਕਾ ਦਿੱਤਾ ਤੇ ਕੰਨ ਨਾਲ ਲੱਗਿਆ ਅਤੇ ਕੰਨਾਂ ਦੀਆਂ ਬਾਰੀਆਂ ਚਪਟ ਕੇ ਦੌਰ ਗਿਆ ਤੇ ਮੋਟਰਸਾਈਕਲ ਤੇ ਬੈਠ ਕੇ ਚਲਾ ਗਿਆ ਮਾਤਾ ਦੇ ਪੁੱਤਰ ਦਾ ਕਹਿਣਾ ਹੈ ਇਸ ਦੀ ਫੁਟੇਜ ਦੇਖਣ ਤੋਂ ਪਤਾ ਲੱਗਾ ਕਿ ਜਿਸ ਤਰ੍ਹਾਂ ਇਹ ਵਿਅਕਤੀ ਮਾਤਾ ਨੂੰ ਤਾਂ ਕਦੇ ਕਿ ਕੰਨ ਨਾ ਲਾਉਂਦਾ ਹੈ ਮਾਤਾ ਦੇ ਸਿਰ ਤੇ ਵੀ ਸਾਟ ਲਾਉਂਦਾ